ਉੱਥੇ ਵੀ ਵੱਡੀ ਮਸਜਿਦ ਦਾ ਪ੍ਰੋਬਲਮ ਆਇਆ ਸੀ। ਅੱਛਾ ਜੀ ਮੁਫਤੀ ਸਾਹਿਬ ਦੋ ਕੁਐਸਚਨ ਨੇ ਇੱਥੇ ਤੁਸਾਂ ਜਗਰੇ, ਇੱਕ ਤਾਂ ਤੁਸਾਂ ਡਾਕਟਰ ਤਾਹਿਰ ਕੁਲਕਾਰੀ ਸਾਹਿਬ ਦਾ ਕੁਰਾਨ ਇਸਤੇਮਾਲ ਕਰਨੇ ਹੋ ਜੀ ਟ੍ਰਾਂਸਲੇਸ਼ਨ ਦੀ ਜੀ? ਅੱਛਾ ਅੱਛਾ। ਦੂਸਰੀ ਗੱਲ ਹੈ ਕਿ ਆਪਕਾ ਜੋ ਬੰਦੀਆਂ ਨੇ ਵਾਲੇ ਤੱਕ ਹੈ ਅਕੀਦਾ ਹੈ ਆਪਕਾ, ਮਤਲਬ ਅਸ਼ਰਫ ਖਾਨ ਵੀ ਹੈ ਉਸਕੇ ਬਾਅਦ ਰਸ਼ੀਦ ਗੰਗੋਹੀ ਹੈ, ਉਨਕੇ ਹਵਾਲੇ ਸੇ ਆਪਕਾ ਕਿਆ ਰਾਏ ਹੈ? ਮੇਰੀ ਕਿਆ ਵੋ ਕਾਫਰ ਹੈ ਵੋ ਆਪਕਾ ਆਪਕੇ ਆਗੇ? ਦੇਖੋ ਜੀ, ਯਹੀ ਸਵਾਲ ਉਸ ਵਕਤ ਮੁਨਾਜ਼ਰੇ ਮੇਂ ਹੁਆ ਥਾ ਜਿਸ ਵਕਤ ਸ਼ਾਹ ਮਦ ਰੌਨੀ ਸਾਹਿਬ ਅਸੈਂਬਲੀ ਮੇਂ ਥੇ। ਜੀ ਜੀ, ਮੁਨਾਜ਼ਰਾ ਹੁਆ ਥਾ ਨਾ? ਅੱਛਾ, ਆਪਨੇ ਮੁਨਾਜ਼ਰਾ ਪੜ੍ਹਾ? ਨਹੀਂ ਨਹੀਂ, ਮੈਂ ਆਪਕਾ ਪੁੱਛ ਰਿਹਾ, ਆਪ ਆਪਣੀ ਰਾਏ? ਨਹੀਂ ਨਹੀਂ, ਮੈਂ ਆਪਣੀ ਰਾਏ ਦੇਣੇ ਲੱਗਾ ਹਾਂ। ਜੀ ਜੀ, ਉਹਨਾਂ ਨੇ ਜੋ ਚੀਜ਼ਾਂ ਲਿਖੀਆਂ ਠੀਕ ਹੈ, ਜੋ ਕੁਫਰ ਪੇ ਮਬਨੀ ਹੈ ਠੀਕ ਹੈ, ਉਨਸੇ ਇਲਤਜ਼ਾਮੇ ਕੁਫਰ ਆਤਾ ਹੈ। ਇੱਕ ਹੁੰਦਾ ਲਜ਼ੂਮੇ ਕੁਫਰ ਔਰ ਇੱਕ ਹੁੰਦਾ ਇਲਤਜ਼ਾਮੇ ਕੁਫਰ ਠੀਕ ਹੈ, ਉਨਸੇ ਇਲਤਜ਼ਾਮੇ ਕੁਫਰ ਆਤਾ ਹੈ। ਅਗਰ ਤੋ ਵੋ ਉਸੀ ਅਕੀਦੇ ਪੇ ਮਰੇ ਤੋ ਉਸਸੇ ਵੋ ਕਾਫਰ ਮਰੇ ਹੈ। ਅਗਰ ਉਹਨਾਂ ਨੇ ਇਸੇ ਰਜੂ ਕੀਆ ਤੋ ਵੋ ਉਨਕੇ ਅੱਲਾਹ ਔਰ ਉਸਕੇ ਰਸੂਲ ਕਾ ਮਾਮਲਾ ਹੈ। ਤੋ ਵੋ ਆਪਕੇ ਆਗੇ ਮਤਲਬ ਉਹਨੇ ਕੁਫਰ ਕੀਆ ਹੈ ਮਗਰ ਵੋ ਕਾਫਰ ਹਮ ਨਹੀਂ ਕਹਿ ਸਕਦੇ ਕਿਉਂਕਿ ਕਿਆ ਪਤਾ ਉਹਨੇ ਰਜੂ ਕੀਆ ਹੈ। ਯਾਨੀ ਮੇਰੀ ਇਹ ਓਪੀਨੀਅਨ ਹੈ ਕਿਉਂਕਿ ਮੌਲਾਨਾ ਜ਼ਫਰ ਉਸਮਾਨੀ ਨੇ ਇੱਕ ਆਰਟੀਕਲ ਲਿਖਿਆ ਹੈ ਇਸ ਪੇ, ਸ਼ਬੀਰ ਉਸਮਾਨੀ ਨੇ ਜੀ, ਸ਼ਬੀਰ ਅਹਿਮਦ ਉਸਮਾਨੀ ਨੇ, ਕਿਉਂਕਿ ਸ਼ਬੀਰ ਅਹਿਮਦ ਉਸਮਾਨੀ ਅਸ਼ਰਫ ਅਲੀ ਥਾਨਵੀ ਕਾ ਸ਼ਾਗਿਰਦ ਥਾ। ਅੱਛਾ ਠੀਕ ਹੈ, ਇਹ ਵੋ ਬੰਦਾ ਜਿਸ ਨੇ ਕਾਇਦ ਆਜ਼ਮ ਕਾ ਜਨਾਜ਼ਾ ਪੜ੍ਹਾਇਆ ਜੀ ਠੀਕ ਹੈ ਜੀ, ਔਰ ਉਨਕੀ ਤਫਸੀਰ ਵੀ ਮੌਜੂਦ ਹੈ ਉਸਕੇ, ਵੋ ਬਦਅਕੀਦਾ ਨਹੀਂ ਥਾ ਸ਼ਬੀਰ ਉਸਮਾਨੀ ਜੀ। ਔਰ ਯਾਦ ਰੱਖੀਏ ਜੋ ਹਮਾਰੇ ਪੁਰਾਣੇ ਅਕਾਬਿਰ ਉਲਾਮਾ ਹੈ ਨਾ ਜੀ, ਉਹਨਾਂ ਨੇ ਬਹੁਤ ਸੇ ਲੋਕ ਐਸੇ ਜਿਹਨਾਂ ਨੇ ਦੇਵਬੰਦ ਮੇਂ ਪੜ੍ਹਾ ਥਾ ਠੀਕ ਹੈ ਜੀ। ਤੋ ਆਪ ਦੇਵਬੰਦੀਓ ਕੇ ਪੀਛੇ ਨਮਾਜ਼ ਹੋ ਸਕਦੀ ਹੈ? ਅਬ ਯੇ ਤੋ ਹਮ ਸਮਝ ਗਏ, ਅਬ ਦੇਵਬੰਦੀਓ ਕੇ ਪੀਛੇ ਨਮਾਜ਼ ਹੋ ਜਾਤੀ ਹੈ। ਮਮਾਤੀ ਦੇਵਬੰਦੀ ਕੇ ਪੀਛੇ ਨਮਾਜ਼ ਨਹੀਂ ਹੋਤੀ। ਅੱਛਾ, ਹਯਾਤੀ ਕੇ ਪੀਛੇ ਹੋ ਜਾਤੀ ਹੈ। ਤੋ ਯੇ ਤੋ ਸਭ ਹਯਾਤੀ ਹੈ, ਤੋ ਫਿਰ ਯੇ ਮਸਜਿਦ ਖੋਲਨੇ ਕਾ ਫਾਇਦਾ ਕਿਆ ਹੈ? ਸਭ ਮੈਂ ਦੇਖੋ ਨਹੀਂ, ਆਪਨੇ ਮੁਝਸੇ ਜੋ ਸਵਾਲ ਕੀਆ ਨਹੀਂ ਵੋ ਠੀਕ ਹੈ, ਮੈਂ ਆਪਕੋ ਜਵਾਬ ਦਿਆ ਹੈ। ਨਹੀਂ ਨਹੀਂ, ਆਪ ਕਿਸੀ ਸੁਨੀ ਮੁਫਤੀ ਸੇ ਮੇਰਾ ਪੁੱਛ ਨਹੀਂ, ਅਲਹਮਦੁਲਿਲਾ ਵੋ ਤੋ ਪੁੱਛਾ ਜਾਏਗਾ, ਰਿਕਾਰਡਿੰਗ ਰਿਕਾਰਡ ਕੀਆ ਹਮਨੇ, ਕੋਈ ਸੀ ਬਾਤ ਨਹੀਂ, ਆਪਨੇ ਮੇਰੀ ਪਰਮਿਸ਼ਨ ਸੇ ਬਗੈਰ ਰਿਕਾਰਡ ਕੀਆ ਹੈ। استعمال کر سکتے ہو آپ مطلب یا آپ نے کوئی بات ایسی کہی ہے جس میں آپ اوروں کو پہنچانا نہیں چاہتے؟ نہیں نہیں, میں نہیں پہنچاتا الحمد للہ, نہیں یہ میں آگے کر سکتا ہوں, بالکل کر سکتے ہیں, چلو اجازت مل گئی الحمد للہ, بس یہ انشاء اللہ. اور دوسری بات یہ ہوتا ہے کہ دیکھیں جو کتنی بڑا سی اتنے بھی وڈی مسجد اندر پرابلم آیا سی. اچھا جی مفتی صاحب دو کوسچن ہیں اتنے تو ساتھ جگہ.